ਸ਼ਾਸਨ ਮੁਰਦਾਬਾਦ ਮੁਰਦਾਬਾਦ 14 ਤਰੀਕ ਨੂੰ ਕੋਲਕਾਤਾ ਦੇ ਅੰਦਰ ਇੱਕ ਮੈਡੀਕਲ ਕਾਲਜ ਦੇ ਅੰਦਰ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ। ਰਾਤ ਨੂੰ ਇੱਕ ਟ੍ਰੇਨਿੰਗ ਡਾਕਟਰ ਦੇ ਨਾਲ 20-25 ਗੁੰਡਿਆਂ ਨੇ ਸੁੱਤੀ ਪਈ ਡਾਕਟਰ ਦੇ ਨਾਲ ਜਿਹੜਾ ਰੇਪ ਕੀਤਾ ਔਰ ਉਸ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ, ਪੂਰੀ ਬੋਡੀ ਨੂੰ ਡੈਮੇਜ ਕਰ ਦਿੱਤਾ, ਉਹਦੀ ਅੱਖਾਂ ਦੇ ਵਿੱਚ ਕੱਚ ਪਾ ਦਿੱਤਾ। ਔਰ ਇੰਨਾ ਦਰਦਨਾਕ ਵਰਤਾਰਾ ਜਿਹੜਾ ਵਾਪਰਿਆ ਉਸ ਦੇ ਖਿਲਾਫ, ਉਸ ਦੇ ਵਿਰੋਧ ਦੇ ਵਿੱਚ ਅਸੀਂ ਜਿੱਥੇ ਇੱਕ ਕੈਂਡਲ ਮਾਰਚ ਕਰ ਰਹੇ ਹਾਂ ਉਸ ਕੁੜੀ ਨੂੰ ਔਰ ਜਿਹੜਾ ਜਸਟਿਸ ਦਿਵਾਉਣ ਵਾਸਤੇ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਅਸੀਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਔਰ ਕੈਂਡਲ ਮਾਰਚ ਕਰ ਰਹੇ। ਇਹਦੇ ਵਿੱਚ ਮੂਲ ਰੂਪ ਦੇ ਵਿੱਚ ਡੈਮੋਕਰੇਟਿਕ ਟੀਚਰ ਫਰੰਟ ਔਰ ਪੰਜਾਬ ਸਟੂਡੈਂਟਸ ਯੂਨੀਅਨ ਔਰ ਬਾਕੀ ਭਰਾਤਰੀ ਜਥੇਬੰਦੀਆਂ ਸ਼ਾਮਿਲ ਹੈਗੀ। ਇਸ ਤਰ੍ਹਾਂ ਦੇਖਦੇ ਹੋ ਕਿ ਕਿਉਂਕਿ ਪੂਰੇ ਦੇਸ਼ ਦੇ ਅੰਦਰ ਅੱਜ ਇੱਕ ਰੋਸ਼ ਦੇਖਣ ਨੂੰ ਮਿਲ ਰਿਹਾ ਅਤੇ ਸੜਕਾਂ ਦੇ ਉੱਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ? ਦੇਖੋ ਇਹ ਸਾਰੀਆਂ ਚੀਜ਼ਾਂ ਦੇਖੋ ਸਿਆਸਤ ਨਾਲ ਜੁੜੀਆਂ ਹੁੰਦੀਆਂ। ਅਸੀਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਦੇਖੀਏ ਕਿ ਬਿਲਕਿਸ ਬਾਨੋ ਕੇਸ ਦੇ ਵਿੱਚ ਦੋਸ਼ੀਆਂ ਨੂੰ ਬਰੀ ਕਰਿਆ ਗਿਆ ਔਰ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਹਾਰ ਪਾ ਕੇ ਜਿਹੜਾ ਹੈਗਾ ਸਵਾਗਤ ਕੀਤਾ। ਉਸ ਤੋਂ ਬਾਅਦ ਆਸਾਰਾਮ ਵਰਗੇ ਔਰ ਜਿਹੜੇ ਇਹ ਰਾਮ ਰਹੀਮ ਵਰਗਿਆਂ ਨੂੰ ਹਰ 15-20 ਦਿਨਾਂ ਬਾਅਦ ਪੈਰੋਲ ਦੇ ਦਿੱਤੀ ਜਾਂਦੀ ਹੈ। ਇਹਦੇ ਕਾਰਨ ਜਿਹੜਾ ਹੈਗਾ ਉਹਨਾਂ ਇਹੋ ਜਿਹੇ ਜਿਹੜੇ ਤੱਤ ਪਏ ਹੈ ਸਮਾਜ ਦੇ ਅੰਦਰ ਉਹਨਾਂ ਨੂੰ ਬੜਾ ਹੌਸਲਾ ਮਿਲਦਾ ਔਰ ਉਹ ਬੇਖੌਫ ਹੋ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕਾਰੇ ਕਰ ਰਹੇ ਹੈ। ਇਹਦਾ ਮਤਲਬ ਇਹ ਹੈ ਸਿੱਧਾ ਸਿੱਧਾ ਕਿ ਸ਼ਾਸਤ ਇਹਨਾਂ ਦੀ ਪੁਸ਼ਤ ਪਨਾਈ ਕਰਦੀ ਹੈ। ਅਸੀਂ ਦੇਖੀਏ ਕਿ ਜਿਹੜਾ ਦੋਸ਼ੀ ਫੜਿਆ ਗਿਆ, ਰੇਪਿਸਟ ਫੜਿਆ ਗਿਆ, ਉਹ ਇੱਕ ਵਲੰਟੀਅਰ ਸੀਗਾ ਔਰ ਉਸ ਵਲੰਟੀਅਰ ਨੇ ਉਸ ਕੁੜੀ ਦਾ ਰੇਪ ਕਰਨ ਤੋਂ ਬਾਅਦ ਉਹ ਪੁਲਿਸ ਬੈਰਕ ਦੇ ਵਿੱਚ ਜਾ ਕੇ ਆਰਾਮ ਨਾਲ ਸੌ ਜਾਂਦਾ ਹੈ। ਉਹਨੂੰ ਕਿਸੇ ਤਰ੍ਹਾਂ ਦਾ ਭੈ ਨਹੀਂ ਹੁੰਦਾ ਔਰ ਆਰਾਮ ਨਾਲ ਉਹ ਕਹਿੰਦਾ ਕਿ ਹਾਂ ਮੈਂ ਰੇਪ ਕੀਤਾ ਹੈ। ਇਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਇੰਡੀਵਿਜੁਅਲ ਬੰਦਾ ਇਸ ਤਰ੍ਹਾਂ ਨਹੀਂ ਸੋਚ ਸਕਦਾ, ਉਹਦੇ ਪਿੱਛੇ ਜਿਹੜੀ ਪੂਰੀ ਦੀ ਪੂਰੀ ਸਿਆਸਤ ਖੜੀ ਹੈ। ਇਸ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਇਹ ਇੱਥੋਂ ਦੀ ਸੱਤਾ, ਇੱਥੋਂ ਦੇ ਰਾਜਨੀਤਿਕ ਲੋਕ ਇਹਨਾਂ ਦੇ ਪਿੱਛੇ ਹੈਗੇ। ਦੇਖੋ ਡਰ ਨਾਲ ਨਹੀਂ ਹੈ, ਜਿਹੜਾ ਨੰਗੇਜ ਹੈ, ਜਿਹੜਾ ਗੰਦ ਔਰ ਕੂੜਾ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਉਹਨਾਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਭਰਿਆ ਹੋਇਆ ਹੈ, ਉਸ ਨੂੰ ਕੱਢਣ ਦੀ ਜ਼ਰੂਰਤ ਹੈਗੀ ਹੈ। ਉਸ ਚੀਜ਼ ਨੂੰ ਜਿਹੜਾ ਠੀਕ ਕਰਨ ਦੀ ਜ਼ਰੂਰਤ ਹੈਗੀ ਹੈ। ਇੱਥੋਂ ਦੀ ਸਿੱਖਿਆ ਨੂੰ, ਇੱਥੋਂ ਦੇ ਜਿਹੜੇ ਹਾਲਾਤਾਂ ਨੂੰ ਬਦਲਣ ਦੀ ਔਰ ਲੋਕ ਪੱਖੀ ਹਾਲਾਤ ਬਣਾਉਣ ਦੀ ਜ਼ਰੂਰਤ ਹੈਗੀ ਹੈ। ਇਹ ਕੋਈ ਸਧਾਰਨ ਘਟਨਾਵਾਂ ਨਹੀਂ ਹੁੰਦੀਆਂ। ਇਹਦੇ ਵਿੱਚ ਬਹੁਤ ਸਾਰੀ ਜਿਹੜੀ ਰਾਜਨੀਤਿਕ ਔਰ ਹੋਰ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਤੱਤ ਪਾਏ ਜਾਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਸਜ਼ਾ ਦੇ ਕੇ ਉਹਨਾਂ ਨੂੰ ਪ੍ਰੋਪਰ ਰੂਪ ਦੇ ਵਿੱਚ ਨਿਆਇਕ ਜਾਂਚ ਕਰਕੇ ਉਹਨਾਂ ਨੂੰ ਬਣਦੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ, ਉਹਦੇ ਲਈ ਸਖਤ ਕਾਨੂੰਨ ਵੀ ਬਣਾਉਣੇ ਚਾਹੀਦੇ ਹੈ। ਲੇਕਿਨ ਇਹ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਅੱਜ ਦੇ ਟਾਈਮ ਦੇ ਵਿੱਚ। ਸਾਲਾਂ ਬੱਧੀ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਰਹੇ ਆ। ਨਿਰਭਯਾ ਕਾਂਡ ਹੋਇਆ ਔਰ ਉਹ ਨਿਰਭਯਾ ਕਾਂਡ ਦਾ ਹੋਣ ਤੋਂ ਬਾਅਦ ਜਿਹੜਾ ਕਿੰਨੇ ਸਾਲਾਂ ਤੱਕ ਉਸ ਨੂੰ ਨਿਆਂ ਨਹੀਂ ਮਿਲਿਆ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਹਨਾਂ ਨੂੰ ਬੜਾਵਾ ਦਿੰਦੀ ਹੈ, ਇਹਨਾਂ 'ਤੇ ਠੱਲ ਪਾਉਣ ਦੀ ਜ਼ਰੂਰਤ ਹੈਗੀ ਹੈ। ਸਜ਼ਾਵਾਂ ਜਿਹੜੀਆਂ ਬੰਦੇ ਨੂੰ ਮਾਰ ਦਿੱਤਾ ਜਾ ਸਕਦਾ ਹੈ, ਠੀਕ ਹੈ, ਫਾਂਸੀ ਦਿੱਤੀ ਜਾ ਸਕਦੀ ਹੈ, ਲੇਕਿਨ ਅੱਗੇ ਫਾਂਸੀਆਂ ਹੋਈਆਂ ਉਹਨਾਂ ਨਾਲ ਕੀ ਸਿਸਟਮ ਠੀਕ ਹੋ ਗਿਆ? ਪ੍ਰਬੰਧ ਨੂੰ ਸਜ਼ਾ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਉਸ ਪ੍ਰਬੰਧ ਨੂੰ ਠੀਕ ਕੀਤਾ ਜਾਵੇ, ਜਿਹੜੇ
ਇਸ ਸਮਾਜ ਦੇ ਅੰਦਰ ਜਿਹੜਾ ਗੰਦਾ ਅਨਸਰ ਪਿਆ ਹੈਗਾ ਉਸ ਨੂੰ ਠੀਕ ਕੀਤਾ ਕਿਵੇਂ ਕੀਤਾ ਜਾਵੇ ਉਹ ਉਹਦੇ ਬਾਰੇ ਸੋਚਣਾ ਚਾਹੀਦਾ ਹੈ। ਇਹਦੇ ਪਿੱਛੇ ਵੀ ਆਪਣੇ ਸਮਾਜ ਦੀ ਉਹੀ ਕਿਸੀ ਪਿੱਟੀ ਮਾਨਸਿਕਤਾ ਹੈ ਆਪਣੇ ਸਮਾਜ ਦੇ ਲੋਕਾਂ ਦੀ ਕਿ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਕੈਂਡਲ ਮਾਰਚ ਦੀ ਗੱਲ ਕਰੀਏ ਤਾਂ ਕਈ ਲੋਕ ਸੋਚਦੇ ਨੇ ਕਿ ਕੈਂਡਲ ਮਾਰਚ ਨਾਲ ਕੀ ਹੋ ਜਾਣਾ, ਪਰ ਕੈਂਡਲ ਮਾਰਚ ਇੱਕ ਤਰ੍ਹਾਂ ਦਾ ਇੱਕ ਸਿੰਬੋਲਿਕ ਐਕਸ਼ਨ ਹੈ ਕਿ ਅਸੀਂ ਇਸ ਤਰ੍ਹਾਂ ਦੇ ਜ਼ੁਲਮਾਂ ਦੇ ਖਿਲਾਫ ਬੋਲਣਾ ਭੁੱਲੇ ਨਹੀਂ ਹਾਂ, ਅਸੀਂ ਜਾਗਦੇ ਹਾਂ, ਅਸੀਂ ਮਰੇ ਹੋਏ ਨਹੀਂ ਹਾਂ, ਸਾਡੇ ਅੰਦਰ ਉਸ ਬੇਟੀ ਦੀ ਪੀੜ ਹੈ ਜਿਹਦੇ ਨਾਲ ਇਹ ਸਭ ਕੁਝ ਵਾਪਰਿਆ ਹੈ। ਤਾਂ ਇਹ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਇਹ ਕੁਛ ਦਿਨਾਂ ਵਾਸਤੇ ਮੁੱਦਾ ਉੱਛਲਦਾ ਹੈ ਅਤੇ ਉਸ ਤੋਂ ਬਾਅਦ ਸਾਰੇ ਭੁੱਲ ਜਾਂਦੇ, ਹਰ ਕੋਈ ਇਹਨਾਂ ਦੀ ਇਹਨਾਂ ਗੱਲਾਂ ਨੂੰ ਭੁੱਲ ਜਾਂਦਾ। ਪਰ ਸਾਡਾ ਕੁਛ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਖਿਲਾਫ ਬੋਲੀਏ ਅਤੇ ਆਪਣੀ ਆਵਾਜ਼ ਬੁਲੰਦ ਕਰੀਏ। ਇਸ ਘਟਨਾ ਨੂੰ ਆਪਾਂ ਇਸੇ ਤਰ੍ਹਾਂ ਦੇਖ ਸਕਦੇ ਹਾਂ ਕਿ ਇਹ ਆਪਣੇ ਸਮਾਜ ਦੇ ਉਹੀ ਉਹ ਮਾਨਸਿਕਤਾ ਜੋ ਪੁਰਾਣੀ ਤਰ੍ਹਾਂ ਦੀ ਮਾਨਸਿਕਤਾ ਹੈ ਅਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਇਹ ਕੰਮ ਕਰਦੇ ਹਨ, ਇਸ ਤਰ੍ਹਾਂ ਦੇ ਜ਼ੁਲਮ ਅੱਤਿਆਚਾਰ ਅਨਿਆਂ ਕਰਦੇ ਹਨ ਅਤੇ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਪਾਵਰਫੁੱਲ ਗਰੁੱਪ ਦਾ, ਕਿਸੇ ਨਾ ਕਿਸੇ ਪਾਵਰਫੁੱਲ ਵਿਅਕਤੀ ਦਾ ਹੱਥ ਜ਼ਰੂਰ ਹੁੰਦਾ ਉਹਨਾਂ ਦੇ ਸਿਰ 'ਤੇ, ਨਹੀਂ ਤਾਂ ਸਧਾਰਨ ਲੋਕ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦੇ ਸਕਦੇ। ਨਹੀਂ, ਬਿਲਕੁਲ ਵੀ ਨਹੀਂ, ਦੇਸ਼ ਦੇ ਅੰਦਰ ਬੇਟੀ ਬਿਲਕੁਲ ਸੁਰੱਖਿਅਤ ਨਹੀਂ ਹੈ ਜਿਸ ਤਰ੍ਹਾਂ ਕਿ ਦਾਅਵੇ ਕੀਤੇ ਜਾਂਦੇ ਹਨ। ਅੱਜ ਸਾਡੇ ਦੇਸ਼ ਨੂੰ ਕਿਹਾ ਜਾਂਦਾ ਕਿ ਵਿਸ਼ਵ ਗੁਰੂ ਬਣ ਚੁੱਕਿਆ ਹੈ, ਪਰ ਵਿਸ਼ਵ ਗੁਰੂ ਵਾਲੀ ਕੋਈ ਗੱਲ ਨਹੀਂ ਹੈ। ਕੋਈ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਨਾ ਬੇਟੀ ਸੁਰੱਖਿਅਤ ਹੈ ਅਤੇ ਨਾ ਹੀ ਕੋਈ ਆਮ ਨਾਗਰਿਕ ਇੱਥੇ ਸੁਰੱਖਿਅਤ ਹੈ। ਹਰ ਕਿਸੇ ਨੂੰ ਆਪਣੀ ਹੋਂਦ ਲਈ ਹਰ ਰੋਜ਼ ਲੜਨਾ ਪੈਂਦਾ, ਹਰ ਮਿੰਟ ਹਰ ਸੈਕਿੰਡ ਲੜਨਾ ਪੈਂਦਾ। ਸਿਰਫ ਉਹ ਹੀ ਲੋਕ ਸੁਰੱਖਿਅਤ ਨੇ ਜਿਹੜੇ ਪਾਵਰਫੁੱਲ ਲੋਕਾਂ ਦੇ ਪੋਲੀਟੀਸ਼ੀਅਨਸ ਦੇ ਤਲਵੇ ਚੱਟਦੇ ਨੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਹਰ ਚੰਗੇ ਮਾੜੇ ਕੰਮ ਦੇ ਵਿੱਚ ਚੁੱਪ ਕਰਕੇ ਬੈਠ ਜਾਂਦੇ ਨੇ ਅਤੇ ਉਹਨਾਂ ਦੇ ਹਰ ਕੰਮਾਂ ਲਈ ਉਹਨਾਂ ਦੀ ਮੌਨ ਸਵੀਕ੍ਰਿਤੀ ਹੁੰਦੀ ਹੈ। ਸਿਰਫ ਉਹੀ ਲੋਕ ਸੁਰੱਖਿਅਤ ਨੇ। ਇਹਦਾ ਹੱਲ ਮੈਂ ਇਸ ਤਰ੍ਹਾਂ ਦੇਖਦੀ ਹਾਂ ਕਿ ਇੱਕ ਤਾਂ ਜਿਹੜਾ ਇਸ ਤਰ੍ਹਾਂ ਦਾ ਜੋ ਇਹ ਰੇਪ ਵਰਗੀ ਘਟਨਾ ਹੈ ਇਹਨੂੰ ਇੱਕ ਸਪੈਸ਼ਲ ਕੈਟਾਗਰੀ ਦੇ ਕ੍ਰਾਈਮ ਵਿੱਚ ਰੱਖ ਕੇ ਇਹਦੇ 'ਤੇ ਫਾਸਟ ਟਰੈਕ ਅਦਾਲਤਾਂ ਬਣਨੀਆਂ ਚਾਹੀਦੀਆਂ ਹਨ, ਇਹਨਾਂ ਦਾ ਫੌਰੀ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ, ਇਹਨੂੰ ਇੱਕ ਅਲੱਗ ਤਰ੍ਹਾਂ ਦੇ ਕ੍ਰਾਈਮ ਦੀ ਤਰ੍ਹਾਂ ਟ੍ਰੀਟ ਕੀਤਾ ਜਾਣਾ ਚਾਹੀਦਾ। ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਕੁਝ ਮੁਸਲਿਮ ਕੰਟਰੀਜ਼ ਦੇ ਵਿੱਚ ਵੀ ਇੱਦਾਂ ਕੀਤਾ ਜਾਂਦਾ ਕਿ ਉੱਥੇ ਨਾਲ ਦੀ ਨਾਲ ਸਜ਼ਾ ਦੇ ਦਿੱਤੀ ਜਾਂਦੀ ਹੈ ਅਤੇ ਇਹਦੇ ਵਿੱਚ ਇੱਕ ਬਹੁਤ ਜੋ ਇਸ ਮਾਮਲੇ ਨਾਲ ਸੰਬੰਧਿਤ ਮਾਹਰ ਨੇ ਉਹਨਾਂ ਨੂੰ ਜ਼ਰੂਰਤ ਹੈ ਕੁਝ ਇਹੋ ਜਿਹਾ ਹੱਲ ਕੱਢਣ ਦੀ ਅਤੇ ਇਹੋ ਜਿਹੇ ਇਹਦੇ 'ਤੇ ਵਿਚਾਰ ਚਰਚਾ ਕੀਤੀ ਜਾਵੇ ਤਾਂ ਕਿ ਜਿਹੜੇ ਇਹਨਾਂ ਕਾਨੂੰਨਾਂ ਦੇ ਵਿੱਚ ਲੂਪ ਹੋਲਸ ਹਨ ਜਿਨ੍ਹਾਂ ਦੇ ਚੱਲਦੇ ਜਿਹੜੇ ਕਿ ਇੱਦਾਂ ਦੇ ਕੰਮ ਕਰਨ ਵਾਲੇ ਸਾਰੇ ਲੋਕ ਬਚ ਕੇ ਨਿਕਲ ਜਾਂਦੇ ਨੇ ਅਤੇ ਉਹਨਾਂ ਦੇ ਉੱਪਰ ਇੱਕ ਵਿਚਾਰ ਚਰਚਾ ਕੀਤੀ ਜਾਵੇ ਅਤੇ ਉਹਦਾ ਕੋਈ ਇਹੋ ਜਿਹਾ ਸਥਾਈ ਹੱਲ ਕੱਢਿਆ ਜਾਵੇ ਕਿ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੇ ਲਈ ਘੱਟੋ ਘੱਟ ਨਾਲ ਦੀ ਨਾਲ ਸਜ਼ਾ ਮਿਲੇ ਅਤੇ ਕੋਈ ਉਹਨਾਂ ਨੂੰ ਬਚ ਕੇ ਨਿਕਲਣ ਦਾ ਰਾਹ ਨਾ ਹੋਵੇ। ਬਦਲਾਅ ਤਾਂ ਆਪਾਂ ਫਿਰ ਮੰਨੀਏ ਨਾ, ਜੇਕਰ ਲੋਕਾਂ ਦੇ ਵਿੱਚ ਕੋਈ ਡਰ ਪੈਦਾ ਹੋਇਆ ਹੋਵੇ, ਡਰ ਤਾਂ ਕੋਈ ਹੈ ਹੀ ਨਹੀਂ, ਖੌਫ ਨਹੀਂ ਹੈ ਲੋਕਾਂ ਨੂੰ ਲਗਾਤਾਰ, ਇੱਥੋਂ ਤੱਕ ਕਿ ਜਦੋਂ ਇੰਨਾ ਵੱਡਾ ਐਜੀਟੇਸ਼ਨ ਆਲ ਓਵਰ ਦਾ ਇੰਡੀਆ ਪੂਰੇ ਦੇਸ਼ ਵਿਆਪੀ ਐਜੀਟੇਸ਼ਨ ਸ਼ੁਰੂ ਹੋ ਚੁੱਕਿਆ ਸੀ ਇਹ 8-9 ਦੀ ਘਟਨਾ ਤੋਂ ਬਾਅਦ, ਉਸ ਤੋਂ ਬਾਅਦ ਵੀ ਅਖਬਾਰਾਂ ਭਰੀਆਂ ਪਈਆਂ ਨੇ। ਅੱਜ ਹੋ ਗਈ ਹੈ 20 ਤਰੀਕ ਹੋ ਗਈ ਹੈ, ਤਾਂ ਉਸ 8-9 ਤੋਂ ਬਾਅਦ 20 ਤਰੀਕ ਤੱਕ ਜੇ ਤੁਸੀਂ ਅਖਬਾਰਾਂ ਚੁੱਕ ਕੇ ਦੇਖ ਲਓ ਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ। ਜੇ ਤਾਂ ਲੋਕਾਂ ਵਿੱਚ ਖੌਫ ਹੋਵੇ ਤਾਂ ਘੱਟੋ ਘੱਟ ਇੰਨੇ ਵੱਡੇ ਐਜੀਟੇਸ਼ਨ ਤੋਂ ਬਾਅਦ ਹੀ ਕੁਛ ਲੋਕ ਡਰ ਜਾਂਦੇ ਅਤੇ ਇੱਦਾਂ ਦੇ ਕਾਰੇ ਨਾ ਕਰਦੇ, ਪਰ ਉਹਨਾਂ ਨੂੰ ਕੋਈ ਖੌਫ ਨਹੀਂ ਹੈ। ਤਾਂ ਇਸ ਲਈ ਮੈਂ ਮੰਨਦੀ ਹਾਂ ਕਿ ਇਹਨਾਂ ਫਾਸਟ ਟਰੈਕ ਅਦਾਲਤਾਂ ਵੀ ਇਹ ਵੀ ਇੱਕ ਤਰ੍ਹਾਂ ਦੀ ਹਰ ਸਰਕਾਰ ਦੀ
ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਇੱਕ ਤਰ੍ਹਾਂ ਦੀ ਖਾਨਾ ਪੂਰਤੀ ਹੁੰਦੀ ਹੈ। ਅਸਲ ਦੇ ਵਿੱਚ ਉਹ ਕਿਸੇ ਵੀ ਮੁੱਦੇ ਤੇ ਕੁਝ ਕਰਨਾ ਨਹੀਂ ਚਾਹੁੰਦੇ। ਬਿਲਕੁਲ ਜੀ, ਇਨਸਾਨੀਅਤ ਦੇ ਨਾਤੇ ਜਦੋਂ ਜੇਕਰ ਆਪਾਂ ਨੂੰ ਪਤਾ ਹੈ, ਇੱਕ ਤਾਂ ਹੁੰਦਾ ਨਾ ਕੋਈ ਝੂਠਾ ਕੇਸ ਕਿਸੇ ਤੇ ਪੈ ਗਿਆ, ਤੇ ਇੱਕ ਜੇਕਰ ਆਪਾਂ ਨੂੰ ਪਤਾ ਹੈ, ਸ਼ਰੇਆਮ ਪਤਾ ਹੈ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਹੈ, ਤਾਂ ਕਈ ਵਕੀਲ ਇਹ ਕਹਿ ਕੇ ਉਹਨਾਂ ਦਾ ਕੇਸ ਲੈ ਲੈਂਦੇ ਹਨ ਕਿ ਸਾਡਾ ਤਾਂ ਪ੍ਰੋਫੈਸ਼ਨ ਹੈ, ਸਾਡੇ ਕੋਲ ਚਾਹੇ ਕੋਈ ਮੁਲਜ਼ਮ ਆ ਜਾਵੇ, ਚਾਹੇ ਕੋਈ ਕਸੂਰਵਾਰ ਆ ਜਾਵੇ, ਚਾਹੇ ਬੇਕਸੂਰ ਆ ਜਾਵੇ, ਅਸੀਂ ਤਾਂ ਉਹਨਾਂ ਦਾ ਕੇਸ ਲੜਨਾ ਹੀ ਹੈ। ਪਰ ਤੁਸੀਂ ਆਪਣੇ ਪ੍ਰੋਫੈਸ਼ਨ ਬਾਰੇ ਵੀ ਤਾਂ ਸੋਚੋ ਕਿ ਜਿਹੜਾ ਪ੍ਰੋਫੈਸ਼ਨ ਤੁਸੀਂ ਕਰ ਰਹੇ ਹੋ, ਅਪਣਾ ਰਹੇ ਹੋ, ਕੀ ਤੁਸੀਂ ਉਹਦੇ ਤੇ ਕਾਇਮ ਹੋ, ਤੁਸੀਂ ਆਪਣੇ ਅਸੂਲਾਂ ਤੇ ਕਾਇਮ ਹੋ, ਕਿ ਕਿਸੇ ਗੁਨਾਹਗਾਰ ਦਾ ਕੇਸ ਵੀ ਤੁਹਾਨੂੰ ਲੜਨਾ ਚਾਹੀਦਾ। ਤਾਂ ਇਹ ਗੱਲ ਇੱਕ ਇਨਸਾਨੀਅਤ ਦੇ ਨਾਤੇ ਵਕੀਲਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਕੇਸ ਨਹੀਂ ਲੜਨੇ ਚਾਹੀਦੇ। 90 ਸਾਲ ਦੀ ਔਰਤ ਹੈ ਜਿਹੜੀ ਇੱਜ਼ਤ ਦੇ ਪੱਖੋਂ ਜਿਹੜੀ ਹੈਗੀ ਆ ਮਹਿਫੂਜ਼ ਨਹੀਂ ਹੈ। ਪਤਾ ਨਹੀਂ ਕਿਹੜੇ ਵੇਲੇ ਜਦੋਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਇੱਕ ਆਪਣੀ ਦਾਦੀਆਂ ਦੇ ਬਰਾਬਰ ਦੀ ਉਮਰ ਦੀ ਔਰਤ ਹੈ ਉਹਦੇ ਨਾਲ ਵੀ ਬਲਾਤਕਾਰ ਹੋ ਜਾਂਦਾ, ਇੱਕ ਮਾਸੂਮ ਬੱਚੀ ਹੈਗੀ ਛੋਟੀ ਤੋਂ ਛੋਟੀ ਉਹਦੇ ਨਾਲ ਵੀ ਬਲਾਤਕਾਰ ਹੋ ਜਾਂਦਾ ਹੈਗਾ, ਤਾਂ ਇਹੋ ਜਿਹੀਆਂ ਮਾੜੀਆਂ ਨਿੰਦਣਯੋਗ ਘਟਨਾਵਾਂ ਸਾਡੇ ਦੇਸ਼ ਵਿੱਚ ਵਾਪਰਦੀਆਂ ਕਿਉਂ? ਕਿਉਂਕਿ ਉਹਨਾਂ ਨੂੰ ਜਿਹੜੀ ਸ਼ਹਿ ਪ੍ਰਾਪਤ ਹੈਗੀ ਆ। ਅਸੀਂ ਦੇਖਿਆ ਕੱਲ ਆਪਣੇ ਗਰੁੱਪਾਂ ਦੇ ਵਿੱਚ ਇੱਕ ਸਾਂਝੀ ਗੱਲਬਾਤ ਹੋਈ ਕਿ ਬਿਲਕਸ ਬਾਨੋ ਦੇ ਕੇਸ ਦੇ ਵਿੱਚ ਜਿਹੜੇ ਅੰਦਰ ਜੇਲ੍ਹ ਹੋਈ ਥੋੜੀ ਜੀ, ਉਹ ਜਦੋਂ ਬਾਹਰ ਆਉਂਦੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਆ। ਕਿੱਡੀ ਸ਼ਰਮ ਵਾਲੀ ਗੱਲ ਹੈਗੀ ਹੈ ਸਾਡੇ ਦੇਸ਼ ਵਾਸਤੇ ਕਿ ਇਹੋ ਜਿਹੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਵੇਂ ਓਲੰਪਿਕਸ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਹੋਣ। ਤਾਂ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੀ ਸ਼ਹਿ ਪ੍ਰਾਪਤ ਹੁੰਦੀ ਹੈਗੀ ਹੈ, ਤੇ ਇਹੋ ਜਿਹੀਆਂ ਘਟਨਾਵਾਂ ਜਿਹੜੇ ਮਾਨਸਿਕ ਤੌਰ ਤੇ ਕ੍ਰੈਕ ਕਵਾਂ ਇੱਕ ਡਿਸਆਰਡਰ ਵਾਲੇ ਲੋਕ ਹੈ ਜਿਹੜੇ ਇਹੋ ਜਿਹਾ ਕੁਛ ਕਰਦੇ ਹੈਗੇ ਆ, ਆਮ ਮਾਨਸਿਕਤਾ ਵਾਲਾ ਬੰਦਾ ਹੈ ਜਿਹੜਾ ਸਧਾਰਨ ਮਾਨਸਿਕਤਾ ਵਾਲਾ ਬੰਦਾ ਇਹੋ ਜਿਹਾ ਘਟਾਉਣਾ ਹਰਕਤ ਕਦੇ ਨਹੀਂ ਕਰ ਸਕਦਾ ਹੈਗਾ। ਤਾਂ ਇਹੋ ਜਿਹੀਆਂ ਜਿਹੜੇ ਲੋਕਾਂ ਵਾਸਤੇ ਅਸੀਂ ਜਿਹੜਾ ਕੈਂਡਲ ਮਾਰਚ ਕਰ ਰਹੇ ਹਾਂ, ਗੱਲਬਾਤ ਹੋ ਰਹੀ ਸੀ ਕਿ ਇਹ ਕੈਂਡਲ ਮਾਰਚ ਨਾਲ ਕੀ ਹੋ ਜਾਏਗਾ। ਇਹ ਕੈਂਡਲ ਮਾਰਚ ਲੋਕਾਂ ਦੇ ਵਾਸਤੇ ਜਗਾਉਣ ਦਾ ਚਿੰਨ੍ਹ ਹੈਗਾ, ਇੱਕ ਸਿੰਬਲ ਹੈਗਾ ਵੀ ਜਾਗੋ ਜਿਹੜੇ ਆਸੇ ਪਾਸੇ ਫਿਰਦੇ ਹੈਗੇ ਲੋਕ, ਅਸੀਂ ਆ ਗਏ ਹੈਗੇ ਬੋਰ ਤੋਂ ਚੱਲ ਕੇ ਆਏ ਹੈਗੇ ਸਾਥੀ ਆਏ ਆ, ਕਿਉਂਕਿ ਇੱਕ ਦਰਦ ਹੈਗਾ, ਇੱਕ ਸਾਡੀ ਭੈਣ, ਇੱਕ ਸਾਡੀ ਬੱਚੀ ਹੈ ਜਿਹੜੀ, ਉਹਦਾ ਕੱਲੀ ਦਾ ਕੇਸ ਨਹੀਂ ਹੈਗਾ, ਬਹੁਤ ਸਾਰੀ ਜਿਹੜੀ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਵਾਪਰਦੀਆਂ ਇਹੋ ਜਿਹੀਆਂ ਜਿਹੜੀਆਂ ਗੰਦੀਆਂ ਘਟਨਾਵਾਂ, ਉਹਨਾਂ ਨੂੰ ਅਸੀਂ ਠੱਲ ਪਾ ਸਕੀਏ। ਇੱਕ ਤਾਂ ਅਸੀਂ ਉਹਨੂੰ ਮੋੜ ਕੇ ਨਹੀਂ ਲਿਆ ਸਕਦੇ, ਪਰ ਉਹਦੇ ਮਾਪਿਆਂ ਨੂੰ ਕੁਛ ਤਾਂ ਹੋਵੇ, ਕੋਈ ਜਸਟਿਸ ਮਿਲੇ, ਤੇ ਨਾਲ ਦੀ ਨਾਲ ਇਹੋ ਜਿਹੀਆਂ ਘਟਨਾਵਾਂ ਕਰਨ ਵਾਲੇ ਲੋਕਾਂ ਨੂੰ ਜਿਹੜੀ ਮਸਾਲੀ ਸਜ਼ਾ ਮਿਲੇ, ਤਾਂ ਜੋ ਇਹੋ ਜਿਹੀਆਂ ਚੀਜ਼ਾਂ ਨਾ ਵਾਪਰ ਸਾਡੇ ਦੇਸ਼ ਦੇ ਵਿੱਚ।